ਜੇਕਰ ਤੁਸੀਂ ਯੂਕੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਔਰ 28 ਦਿਨ ਪੁਰਾਣੇ ਫੰਡ ਨੇ ਤੁਸੀਂ ਵੀ ਜਾ ਸਕਦੇ ਹੋ ਜਨਵਰੀ ਇਨਟੇਕ ਦੇ ਵਿੱਚ ਕਿਸੇ ਤਰ੍ਹਾਂ ਦੇ ਗੈਪ ਦੀ ਕਿਸੇ ਤਰ੍ਹਾਂ ਦੇ ਆਇਲਟਸ ਦੀ ਕਿਸੇ ਤਰ੍ਹਾਂ ਦੇ ਨੰਬਰਾਂ ਦੀ ਚਿੰਤਾ ਕੀਤੇ ਬਿਨਾਂ ਆਪਣੇ ਡਾਕੂਮੈਂਟ ਚੱਕੋ ਹੋਮ ਗਲੋਬਲ ਦੇ ਵਰਲਡ ਐਜੂਕੇਸ਼ਨ ਫੇਅਰ ਦਾ ਹਿੱਸਾ ਬਣੋ ਅਸੀਂ ਲਵਾਂਗੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹਾਂਜੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ